ਜੀ ਸੋਹਣਿਓ ਕੀ ਹਾਲ ਹੈ ਵੈਲਕਮ ਟੂ ਦਾ ਕਾਈਂਡ ਫਲਕਸ ਮੈਂ ਆਰਿਸ਼ ਨਾਗਪਾਲ ਅੱਜ ਬਹੁਤ ਸੋਹਣੀ ਥਾਂ ਤੇ ਆਏ ਆ ਆਪਾਂ ਕ੍ਰਾਈਸਟਰਸ ਦੀ ਹੈਗਲੇ ਪਾਰਕ ਚ ਤੇ ਕਿਸ ਵਾਸਤੇ ਆਏ ਆ ਆਪਾਂ ਤੁਹਾਨੂੰ ਆ ਜਿਹੜੇ ਫਲਾਵਰਸ ਹੈਗੇ ਆ ਪੇੜ ਤੇ ਲੱਗੇ ਹੋਏ ਉਹ ਦਿਖਾਉਣ ਵਾਸਤੇ ਇਹ ਬਹੁਤ ਫੇਮਸ ਹੈ ਖਾਸ ਕਰਕੇ ਏਸ਼ੀਅਨ ਲੋਕਾਂ ਚ ਇਹ ਕੋਈ ਉਹਨਾਂ ਦਾ ਸਪੈਸਿਫਿਕ ਪੇੜ ਹੈਗਾ ਹੋਲੀ ਪੇੜ ਲਾ ਲਓ ਜਾਂ ਕੁਝ ਕਹਿ ਲਓ ਇਹ ਜਦੋਂ ਵੀ ਆਉਂਦੇ ਹੈਗੇ 15-20 ਦਿਨਾਂ ਵਾਸਤੇ ਇਸ ਟਾਈਪ ਦੇ ਫੁੱਲ ਆਉਂਦੇ ਆ ਤੇ ਸਾਰੇ ਲੋਕ ਇੱਥੋਂ ਦੇ ਕਾਫੀ ਏਸ਼ੀਅਨ ਖਾਸ ਕਰਕੇ ਆਪਦੇ ਟ੍ਰੈਡੀਸ਼ਨਲ ਕੱਪੜਿਆਂ 'ਚ ਜਾਂ ਆਪਦੇ ਨੋਰਮਲ ਕੱਪੜਿਆਂ 'ਚ ਵੀ ਫੋਟੋਆਂ ਖਿਚਾਉਂਦੇ ਆ ਵੀਡੀਓਜ਼ ਵਗੈਰਾ ਖਿੱਚਦੇ ਆ ਤੇ ਆ ਬਹੁਤ ਸੋਹਣੇ ਲੱਗਦੇ ਆ ਆ ਇੱਕ ਤਰ੍ਹਾਂ ਮੇਨ ਰੋਡ ਦੇ ਨਾਲ ਹੀ ਹੈਗੇ ਤੇ ਜਦੋਂ ਤੁਸੀਂ ਡਰਾਈਵ ਕਰਦੇ ਹੋ ਨਾ ਇੱਥੋਂ ਦੀ ਇੰਨਾ ਸੋਹਣਾ ਵਿਊ ਆਉਂਦਾ ਨਾ ਕੁਛ ਹੋਣਾ ਬਸ ਤੇ ਇਹ ਚੀਜ਼ਾਂ ਤਾਂ ਬਸ ਕੈਮਰਾ ਵੀ ਜਸਟੀਫਾਈ ਨਹੀਂ ਕਰ ਸਕਦਾ ਇਹਦਾ ਅੱਖਾਂ ਨਾਲ ਦੇਖਣ ਵਾਲੀ ਚੀਜ਼ਾਂ ਹੈਗੀਆਂ ਪਰ ਮੈਂ ਟਰਾਈ ਕੀਤੀਆਂ ਹੈਗੀਆਂ ਇਸ ਨੂੰ ਥੋੜਾ ਜਿਹਾ ਜਸਟੀਫਾਈ ਕਰਨ ਦੇ ਆ ਤੇ ਮੈਂ ਉਸ ਟਾਈਪ ਦੀਆਂ ਵੀਡੀਓਜ਼ ਅਟੈਚ ਕੀਤੀਆਂ ਹੈਗੀਆਂ ਇਸ ਵੀਡੀਓ ਨਾਲ ਤੁਸੀਂ ਮੈਨੂੰ ਦੱਸੋ ਤੁਹਾਨੂੰ ਕਿਵੇਂ ਲੱਗਦੀਆਂ ਤੇ ਜੇ ਤੁਹਾਨੂੰ ਆ ਵੀਡੀਓ ਪਸੰਦ ਆਂਦੀ ਹੈ ਤੇ ਆ ਸੀਨ ਵਧੀਆ ਲੱਗਦਾ ਨੇਚਰਲ ਚੀਜ਼ਾਂ ਵਧੀਆ ਲੱਗਦੀਆਂ ਤੇ ਮੈਂ ਹੋਰ ਪਾਉਂਗਾ ਇਸ ਟਾਈਪ ਦੀਆਂ ਵੀਡੀਓਜ਼ ਡੈਫੀਨੇਟਲੀ ਫਿਊਚਰ 'ਚ ਅੱਜ ਵੀਕਐਂਡ ਸੀਗਾ ਤੇ ਮੈਂ ਕਿਹਾ ਚਲੋ ਆਪਾਂ ਵੀ ਥੋੜ੍ਹਾ ਜਿਹਾ ਬਾਹਰ ਘੁੰਮ ਲਈਏ ਸਨੀ ਡੇ ਸੀਗਾ ਤੇ ਮੈਂ ਆਪਾਂ ਵੀ ਇੰਜੋਏ ਕਰੀ ਨੇਚਰ ਨੂੰ ਸਾਰਾ ਦਿਨ ਘਰੇ ਰਹੀਦਾ ਤੇ ਸਾਰਾ ਦਿਨ ਡੈਸਕ ਤੇ ਬਹਿ ਕੇ ਬਣਾਈ ਦੀਆਂ ਹੈਗੀਆਂ ਵੀਡੀਓ ਜਦੋਂ ਵੀ ਬਣਾਈ ਦੀਆਂ ਮੈਂ ਕੁਝ ਅਲੱਗ ਕੀਤਾ ਜਾਵੇ ਤੇ ਇਸ ਟਾਈਪ ਦੇ ਵਲੌਗਸ ਵਗੈਰਾ ਮੈਂ ਹੋਰ ਵੀ ਫਿਊਚਰ 'ਚ ਬਣਾਉਣਾ ਚਾਹੂੰਗਾ ਤੇ ਟਰਾਈ ਕਰੂੰਗਾ ਮੈਂ ਪੰਜਾਬੀ ਇੰਗਲਿਸ਼ ਦੋਨਾਂ 'ਚ ਬਣਾਵਾਂ ਕਿਉਂਕਿ ਕਈ ਵਾਰ ਬੰਦੇ ਕਹਿੰਦੇ ਕਿ ਯਾਰ ਸਾਨੂੰ ਨਹੀਂ ਸਮਝ ਆਉਂਦੀ ਪੰਜਾਬੀ ਕੀ ਬੋਲਣਾ ਤੇ ਸਬ ਟਾਈਟਲਸ ਤੇ ਬਹੁਤ ਟਾਈਮ ਲੱਗਦਾ ਤਾਂ ਕਰਕੇ ਦੇਖੋ ਕਿਵੇਂ ਹੁੰਦਾ ਬਾਕੀ ਡਿਪੈਂਡ ਕਰਦਾ ਕਿਸ ਕਿੱਥੋਂ ਮੈਨੂੰ ਜ਼ਿਆਦਾ ਪਿਆਰ ਮਿਲੂਗਾ ਆਪਣੇ ਇੰਡੀਅਨਸ ਜ਼ਿਆਦਾ ਪਿਆਰ ਕਰਨਗੇ ਕਿ ਆਪਣੇ ਇੱਥੇ ਗੋਰੇ ਕਰੇ ਦੇਖਣਗੇ ਜ਼ਿਆਦਾ ਮੈਨੂੰ ਜਿੱਥੇ ਤੱਕ ਲੱਗਦਾ ਹੈ ਮੈਨੂੰ ਤੁਹਾਡੇ ਤੋਂ ਜ਼ਿਆਦਾ ਉਮੀਦ ਹੈ ਜਿਹਨਾਂ ਨੂੰ ਇਹ ਭਾਸ਼ਾ ਮੇਰੀ ਸਮਝ ਆ ਰਹੀ ਹੈ ਆਪਣੇ ਇੰਡੀਅਨਸ ਬੰਦਿਆਂ ਨੂੰ ਕਿ ਉਹ ਜ਼ਿਆਦਾ ਦੇਖਣਗੇ ਵੀਡੀਓਜ਼ ਤੇ ਤਾਂ ਕਰਕੇ ਮੈਂ ਟਰਾਈ ਕਰੂੰਗਾ ਕਿ ਮੋਸਟਲੀ ਹਿੰਦੀ ਜਾਂ ਪੰਜਾਬੀ 'ਚ ਹੋਵੇ ਬਟ ਜਿਹੜਾ ਪੰਜਾਬੀ ਟੱਚ ਆਉਂਦਾ ਉਹ ਫੀਲਿੰਗ ਹੀ ਹੋਰ ਹੈਗਾ ਉਹ ਆਪਣਾ ਆਪਣਾ ਆਉਂਦਾ ਠੀਕ ਹੈ ਨਾ ਤੇ ਬਾਕੀ ਤੁਸੀਂ ਮੈਨੂੰ ਦੱਸੋ ਕਿਵੇਂ ਲੱਗਿਆ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਤੇ ਹੋਰ ਵੀਡੀਓਜ਼ ਕਾਫੀ ਆਉਣਗੇ ਤੇ ਦੱਸੋ ਮੈਨੂੰ ਕਿਸ ਟਾਈਪ ਦਾ ਕੰਟੈਂਟ ਤੁਸੀਂ ਦੇਖਣਾ ਚਾਹੋਗੇ ਠੀਕ ਹੈ ਥੈਂਕ ਯੂ ਸੋ ਮਚ ਲਵ ਯੂ ਆਲ